ਜਿਨ੍ਹਾਂ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਆਪਣੇ ਖਾਲਸਾ ਜੀ ਨੂੰ ਬਖਸ਼ੋ। ਇਹ ਅਰਦਾਸ ਹਰ ਸਿੱਖ ਆਪਣੇ ਨਿੱਤ ਦੇ ਨੇਮ ਦੇ ਨਾਲ ਕਰਦਾ ਹੈ ਅਤੇ ਇੰਨੇ ਸਮੇਂ ਤੋਂ ਸਿੱਖ ਜਗਤ ਵੱਲੋਂ ਕੀਤੀ ਗਈ ਇਹ ਅਰਦਾਸ ਵਾਹਿਗੁਰੂ ਮਨਜ਼ੂਰ ਕਰਦਾ ਨਜ਼ਰ ਆਇਆ ਜਦੋਂ ਕਰਤਾਰਪੁਰ ਸਾਹਿਬ ਜਾਣ ਦਾ ਦਰਵਾਜ਼ਾ ਪਾਕਿਸਤਾਨ ਆਵਾਮ ਨੇ ਸਿੱਖ ਜਗਤ ਤੇ ਬਾਬਾ ਨਾਨਕ ਨੂੰ ਪਿਆਰ ਕਰਨ ਵਾਲਿਆਂ ਲਈ ਖੋਲ੍ਹ ਦਿੱਤਾ। ਅੱਜ ਸਾਰੀ ਦੁਨੀਆ ਦੇ ਵਿੱਚ ਇਹ ਪਵਿੱਤਰ ਤੇ ਖੁਸ਼ੀ ਨਾਲ ਭਰੇ ਦਿਨ ਦੀਆਂ ਤਾਰੀਫਾਂ ਹੋ ਰਹੀਆਂ ਹਨ ਅਤੇ ਸੰਗਤ ਖੁਸ਼ੀ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਕਿਰਤ ਕਰਨ ਵਾਲੇ ਸਥਾਨ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਰਹੀਆਂ ਹਨ। ਬਾਬਾ ਨਾਨਕ ਜਿਸ ਦੀ ਸੋਭਾ ਅੱਜ ਸਾਰੀ ਦੁਨੀਆ ਕਰਦੀ ਹੈ ਤੇ ਜਿਨ੍ਹਾਂ ਦਾ 550ਵਾਂ ਆਗਮਨ ਦਿਵਸ ਆਪਾਂ ਮਨਾ ਰਹੇ ਹਾਂ, ਉਹ ਜਗਤ ਬਾਬਾ ਸਭ ਦਾ ਸਾਂਝਾ ਹੈ। ਜਿੰਨੀ ਮੁਹੱਬਤ ਬਾਬੇ ਨਾਨਕ ਨੂੰ ਸਿੱਖ ਤੇ ਹਿੰਦੂ ਕਰਦੇ ਹਨ, ਓਨਾ ਹੀ ਪਿਆਰ ਮੁਸਲਮਾਨਾਂ ਦੇ ਦਿਲਾਂ ਦੇ ਵਿੱਚ ਵੀ ਹੈ। ਅੱਜ ਅਸੀਂ ਪਾਕਿਸਤਾਨ ਦੇ ਰਹਿਣ ਵਾਲੇ ਮੁਸਲਿਮ ਨੌਜਵਾਨ ਇੰਜੀਨੀਅਰ ਦੀ ਘਟਨਾ ਤੁਹਾਡੇ ਨਾਲ ਸਾਂਝੀ ਕਰਾਂਗੇ, ਜੋ 5 ਵਕਤ ਦਾ ਨਿਵਾਜੀ ਹੋਣ ਦੇ ਨਾਲ ਨਾਲ ਗੁਰੂ ਨਾਨਕ ਦੇ ਦਰ ਦਾ ਪ੍ਰੇਮੀ ਵੀ ਹੈ ਤੇ ਗੁਰੂ ਨਾਨਕ ਦੀ ਬਾਣੀ ਨੂੰ ਦਿਲ ਦੇ ਵਿੱਚ ਸਮਾਈ ਬੈਠਾ ਉਹ ਮੁਸਲਿਮ ਇੰਜੀਨੀਅਰ ਮੁਹੰਮਦ ਆਦਿਲ ਪਿਛਲੇ 3 ਦਿਨਾਂ ਤੋਂ ਕਰਤਾਰਪੁਰ ਸਾਹਿਬ ਵਿਖੇ ਲੰਗਰ ਦੀ ਸੇਵਾ ਦੇ ਵਿੱਚ ਲੱਗਿਆ ਹੋਇਆ ਹੈ। ਆਦਿਲ ਨੇ ਦੱਸਿਆ ਕਿ ਗੁਰਦੁਆਰਾ ਨਨਕਾਣਾ ਸਾਹਿਬ ਉਹਨਾਂ ਦੇ ਘਰ ਦੇ ਕੋਲ ਹੀ ਹੈ ਤੇ ਛੋਟੇ ਹੁੰਦਿਆਂ ਉਹ ਬਾਕੀ ਬੱਚਿਆਂ ਦੇ ਨਾਲ ਰਲ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਸ਼ਾਦ ਲੈਣ ਚਲੇ ਜਾਂਦੇ ਸੀ, ਜੋ ਉਹਨਾਂ ਦੀ ਆਦਤ ਪੱਕੀ ਹੋ ਗਈ ਸੀ ਤੇ ਉਹ ਹਰ ਰੋਜ਼ ਪ੍ਰਸ਼ਾਦ ਖਾਣ ਵਾਸਤੇ ਗੁਰਦੁਆਰਾ ਸਾਹਿਬ ਜਾਂਦੇ ਸੀ। ਸੋ ਉੱਥੇ ਦੇ ਪਾਠੀ ਸਿੰਘ ਨੂੰ ਪਾਠ ਕਰਦਿਆਂ ਦੇਖ ਤੇ ਕੀਰਤਨ ਦੀ ਮਿੱਠੀ ਆਵਾਜ਼ ਆ ਦਿਲ ਦੇ ਦਿਲ ਵਿੱਚ ਖਿੱਚ ਪਾਈ ਜਾਂਦੀ ਸੀ, ਕਿਉਂਕਿ ਆ ਦਿਲ ਦੇ ਮਾਤਾ ਪਿਤਾ ਨੇ ਉਸ ਨੂੰ ਸ਼ੁਰੂ ਤੋਂ ਹੀ ਨਵਾਜ਼ ਅਦਾ ਕਰਨੀ ਸਿਖਾਉਣੀ ਸ਼ੁਰੂ ਕਰ ਦਿੱਤੀ ਸੀ। ਸੋ ਪਰਮਾਤਮਾ ਦਾ ਨਾਮ ਇੱਕ ਹੈ, ਇਸ ਕਰਕੇ ਉਸ ਦੇ ਦਿਲ ਦੇ ਵਿੱਚ ਕੀਰਤਨ ਦੀ ਆਵਾਜ਼ ਖਿੱਚ ਪਾਉਂਦੀ ਸੀ। ਅੰਦਰ ਇੱਕ ਪ੍ਰੇਮ ਭਾਵ ਹੋਣ ਕਰਕੇ ਉਸਨੇ ਪਾਠੀ ਸਿੰਘ ਨੂੰ ਕੀਰਤਨ ਸਿਖਾਉਣ ਦੇ ਵਾਸਤੇ ਕਿਹਾ। ਪਾਠੀ ਸਿੰਘ ਨੇ ਉਸਦਾ ਪਿਆਰ ਦੇਖ ਉਸਨੂੰ ਕੀਰਤਨ ਤਾਂ ਨਹੀਂ ਸਿਖਾਇਆ, ਪਰ ਉਸਨੂੰ ਉਰਦੂ ਦੇ ਵਿੱਚ ਮੂਲ ਮੰਤਰ ਲਿਖ ਕੇ ਦੇ ਦਿੱਤਾ। ਮੂਲ ਮੰਤਰ ਕਰਦਿਆਂ ਕਰਦਿਆਂ ਹੌਲੀ ਹੌਲੀ ਆਦਿਲ ਨੇ ਪੂਰਾ ਜਪਜੀ ਸਾਹਿਬ ਸਿੱਖ ਲਿਆ ਤੇ ਉਸਦੇ ਦਿਲ ਦੇ ਵਿੱਚ ਬਾਣੀ ਵੀ ਬੈਠ ਗਈ। ਆਪਣੀ ਨਵਾਜ਼ ਅਦਾ ਕਰਨ ਤੋਂ ਬਾਅਦ ਨਿੱਤ ਜਪਜੀ ਸਾਹਿਬ ਦਾ ਪਾਠ ਵੀ ਜ਼ਰੂਰ ਕਰਦਾ ਸੀ ਤੇ ਗੁਰਦੁਆਰਾ ਸਾਹਿਬ ਜਾਣ ਦਾ ਨੇਮ ਵੀ ਬਣਿਆ ਹੋਇਆ ਸੀ। ਆਦਿਲ ਜਦੋਂ 12 ਸਾਲਾਂ ਦਾ ਹੋਇਆ ਤਾਂ ਉਸਨੂੰ ਬੁਖਾਰ ਹੋ ਗਿਆ ਤੇ ਬੁਖਾਰ ਦਾ ਇਲਾਜ ਚੰਗੀ ਤਰ੍ਹਾਂ ਨਾ ਹੋਣ ਕਰਕੇ ਹੌਲੀ ਹੌਲੀ ਉਸਨੂੰ ਕਾਲਾ ਪੀਲੀਆ ਹੋ ਗਿਆ। ਜਦੋਂ ਜ਼ਿਆਦਾ ਹੀ ਸਿਹਤ ਖਰਾਬ ਹੋ ਗਈ ਤਾਂ ਡਾਕਟਰਾਂ ਦੇ ਕੋਲ ਲਿਜਾਇਆ ਗਿਆ। ਡਾਕਟਰ ਨੇ ਕਿਹਾ ਕਿ ਇਸ ਨੂੰ ਦਾਖਲ ਕਰਵਾਉਣਾ ਪਵੇਗਾ ਕਿਉਂਕਿ ਬਿਮਾਰੀ ਬਹੁਤ ਵੱਧ ਚੁੱਕੀ ਹੈ ਅਤੇ ਇਲਾਜ ਦੇ ਉੱਤੇ ਕਾਫ਼ੀ ਖਰਚਾ ਹੋਵੇਗਾ। ਘਰੋਂ ਚੰਗੇ ਨਾ ਹੋਣ ਕਰਕੇ ਉਸਦੇ ਘਰ ਵਾਲੇ ਉਸਨੂੰ ਵਾਪਿਸ ਲੈ ਆਏ ਤੇ ਡਾਕਟਰਾਂ ਨੂੰ ਕਹਿ ਦਿੱਤਾ ਕਿ ਆਪਾਂ 3 ਦਿਨਾਂ ਬਾਅਦ ਇਸ ਨੂੰ ਦਾਖਲ ਕਰਵਾ ਦੇਵਾਂਗੇ। ਪੈਸੇ ਦਾ ਇੰਤਜ਼ਾਮ ਕਰਨ ਵਾਸਤੇ ਘਰ ਵਾਲਿਆਂ ਨੇ ਘਰ ਦੀਆਂ ਚੀਜ਼ਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਇਹ ਦੇਖ ਆਦਿਲ ਨੂੰ ਕੁਝ ਵੀ ਠੀਕ ਨਾ ਲੱਗਿਆ ਤਾਂ ਉਹ ਗੁਰਦੁਆਰਾ ਨਨਕਾਣਾ ਸਾਹਿਬ ਚਲਿਆ ਗਿਆ ਤੇ ਜਪਜੀ ਸਾਹਿਬ ਦਾ ਪਾਠ ਕਰ ਗੁਰੂ ਨਾਨਕ ਸਾਹਿਬ ਦੇ ਅੱਗੇ ਅਰਦਾਸ ਕੀਤੀ ਕਿ ਮੇਰੇ ਘਰ ਵਾਲਿਆਂ ਦੇ ਕੋਲ ਇੰਨੇ ਪੈਸੇ ਨਹੀਂ ਹਨ ਕਿ ਉਹ ਮੇਰਾ ਇਲਾਜ ਕਰ ਸਕਣ। ਮੈਂ ਨਹੀਂ ਚਾਹੁੰਦਾ ਕਿ ਮੇਰੇ ਘਰ ਦੇ ਮੇਰੇ ਕਰਕੇ ਇੰਨਾ ਪਰੇਸ਼ਾਨ ਹੋਣ, ਜਾਂ ਤਾਂ ਤੁਸੀਂ ਮੈਨੂੰ ਠੀਕ ਕਰ ਦਿਓ ਜਾਂ ਤਾਂ ਫਿਰ ਮੈਨੂੰ ਮਾਰ ਦਿਓ। ਉਹ ਹਰ ਰੋਜ਼ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਦਾ ਸੀ। ਫਿਰ ਤੀਸਰੇ ਦਿਨ ਜਦੋਂ ਉਸਨੂੰ ਹੋਸਪਿਟਲ ਦਾਖਲ ਕਰਵਾਉਣਾ ਸੀ ਤਾਂ ਉਹ ਫਿਰ ਗੁਰਦੁਆਰਾ ਸਾਹਿਬ ਗਿਆ ਤੇ ਅਰਦਾਸ ਕਰਕੇ ਆਇਆ। ਉਸ ਦਿਨ ਪਾਠੀ ਸਿੰਘ ਉਸਨੂੰ ਮਿਲੇ ਤੇ ਉਸਦਾ ਹਾਲ ਪੁੱਛਿਆ। ਆਦਿਲ ਨੇ ਆਪਣੀ ਸਾਰੀ ਪਰੇਸ਼ਾਨੀ ਦੱਸੀ ਤੇ ਪਾਠੀ ਸਿੰਘ ਦੇ ਮੁੱਖ ਚੋਂ ਸਹਿਜੇ ਹੀ ਨਿਕਲ ਗਿਆ ਕਿ ਤੈਨੂੰ ਤਾਂ ਕੁਝ ਨਹੀਂ ਹੋਇਆ, ਗੁਰੂ ਨਾਨਕ ਸਾਹਿਬ ਨੇ ਮੈਨੂੰ ਕਿਹਾ ਹੈ। ਅਤੇ ਆਦਿਲ ਨੂੰ 1000 ਰੁਪਏ ਦੇ ਕੇ ਕਿਹਾ ਕਿ ਬਸ ਇੰਨੇ ਹੀ ਪੈਸਿਆਂ ਦੀ ਲੋੜ ਪੈਣੀ ਹੈ ਤੈਨੂੰ ਤੇ ਹੋਸਪਿਟਲ ਜਾ ਕੇ ਵਾਪਸ ਘਰ ਆ ਜਾਓ ਸ਼ਾਮ ਤੱਕ। ਸਹਿਜੇ ਹੀ ਪਾਠੀ ਸਿੰਘ ਦੇ ਮੁੱਖ ਚੋਂ ਇਹ ਸ਼ਬਦ ਨਿਕਲੇ। ਆਦਿਲ ਕੁਝ ਨਾ ਸਮਝ ਸਕਿਆ ਤੇ ਘਰ ਵਾਲਿਆਂ ਦੇ ਨਾਲ ਹੋਸਪਿਟਲ ਪਹੁੰਚਿਆ। ਪਹਿਲਾਂ ਟੈਸਟ ਹੋਏ ਤਾਂ ਰਿਪੋਰਟਾਂ ਦੇ ਵਿੱਚ ਕੁਝ ਨਾ ਆਇਆ, ਰਿਪੋਰਟਾਂ ਸਭ ਠੀਕ ਸੀ, ਕਾਲਾ ਪੀਲੀਆ ਤੇ ਨਾ ਹੀ ਕੋਈ ਬਿਮਾਰੀ। ਦੁਬਾਰਾ ਟੈਸਟ ਹੋਏ ਫਿਰ ਵੀ ਬਿਮਾਰੀ ਨਹੀਂ ਆਈ। ਡਾਕਟਰ ਵੀ ਸਾਰੇ ਬਹੁਤ ਹੈਰਾਨ ਸੀ ਕਿ ਇਸ ਤਰ੍ਹਾਂ ਕਿਵੇਂ ਇੱਕਦਮ ਇਹ ਬਿਮਾਰੀ ਠੀਕ ਹੋ ਸਕਦੀ ਹੈ। ਜਿੰਨੀ ਪੈਰੀ ਉਹ ਡਾਕਟਰ ਦੇ ਗਏ ਸੀ ਉਸੇ ਪੈਰੀ ਉਹ ਸ਼ਾਮ ਤੱਕ ਮੁੜ ਆਏ ਤੇ ਖਰਚਾ ਵੀ ਓਨਾ ਹੀ ਹੋਇਆ ਜਿੰਨਾ ਪਾਠੀ ਸਿੰਘ ਨੇ ਕਿਹਾ ਸੀ। ਐਸੀ ਗੁਰੂ ਨਾਨਕ ਦੀ ਕਿਰਪਾ ਦੇਖ ਉਹ ਨਨਕਾਣਾ ਸਾਹਿਬ ਜਾ ਕੇ ਰੋਣ ਲੱਗਿਆ ਤੇ ਅਰਦਾਸ ਕਰਨ ਲੱਗਿਆ। ਫਿਰ ਆਦਿਲ ਪੜ੍ਹ ਲਿਖ ਕੇ ਸਿਵਲ ਇੰਜੀਨੀਅਰ ਬਣਿਆ ਤੇ ਉਸਨੂੰ ਵਧੀਆ ਨੌਕਰੀ ਅਮੈਰੀਕਾ ਦੇ ਵਿੱਚ ਮਿਲ ਗਈ। ਅੱਜ ਆਦਿਲ 5 ਵਕਤ ਦਾ ਨਿਵਾਜੀ ਹੈ ਤੇ ਜਪਜੀ ਸਾਹਿਬ ਦਾ ਨੇਮੀ ਵੀ ਤੇ ਘਰੋਂ ਵੀ ਬਹੁਤ ਅਮੀਰ ਹੈ। ਹਰ ਸਾਲ ਲੰਗਰ ਦੀ ਸੇਵਾ ਨਨਕਾਣਾ ਸਾਹਿਬ ਕਰਵਾਉਂਦਾ ਹੈ ਤੇ ਫ੍ਰੀ ਮੈਡੀਕਲ ਕੈਂਪ ਵੀ ਲਗਾਉਂਦਾ ਹੈ। ਕਰਤਾਰਪੁਰ ਸਾਹਿਬ ਲੰਘ ਖੁੱਲ੍ਹਣ ਤੇ ਉਸਨੇ ਪਿਛਲੇ 3 ਦਿਨਾਂ ਤੋਂ ਲੰਗਰ ਚਲਾਇਆ ਹੋਇਆ ਹੈ ਤੇ ਉੱਥੇ ਸੇਵਾ ਵੀ ਕਰਦਾ ਹੈ ਤੇ ਗੁਰੂ ਨਾਨਕ ਦੇ ਦਰ ਦੀ ਸੋਭਾ ਕਰਦਾ ਨਹੀਂ ਥੱਕਦਾ। ਕਰਤਾਰਪੁਰ ਸਾਹਿਬ ਵਿਖੇ ਮੈਡੀਕਲ ਕੈਂਪ ਦੀ ਵਿਵਸਥਾ ਵੀ ਉਸਨੇ ਹੀ ਕੀਤੀ ਹੈ।
ਬਹੁਤ ਵਧੀਆ ਵਿਚਾਰ ਆਦਿਲ ਨੇ ਕਹੇ ਹਨ ਕਿ ਮੈਂ ਨਿਵਾਜ਼ ਵੀ ਅਦਾ ਕਰਦਾ ਹਾਂ ਅਤੇ ਜਪਜੀ ਸਾਹਿਬ ਵੀ ਪੜ੍ਹਦਾ ਹਾਂ। ਦੋਨਾਂ ਦੇ ਵਿੱਚ ਇੱਕੋ ਜਿਹਾ ਆਨੰਦ, ਇੱਕੋ ਜਿਹਾ ਸਕੂਨ ਆਉਂਦਾ ਹੈ, ਕਿਉਂਕਿ ਦੋਨਾਂ ਦੇ ਵਿੱਚ ਹੀ ਖੁਦਾ ਦਾ ਜ਼ਿਕਰ ਹੈ ਅਤੇ ਸਕੂਨ ਵੀ ਇੱਕੋ ਜਿਹਾ ਹੀ ਹੈ। ਆਦਿਲ ਨੇ ਕਿਹਾ ਕਿ ਹੁਣ ਉਹ ਇੱਕ ਅਰਦਾਸ ਕਰਦਾ ਹੈ ਕਿ ਜਿਵੇਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ ਹੈ, ਉਵੇਂ ਹੀ ਨਨਕਾਣਾ ਸਾਹਿਬ ਵੀ ਸਿੱਖ ਲੋਕਾਂ ਦੇ ਵਾਸਤੇ ਸਿੱਧੇ ਆਉਣ ਦੇ ਲਈ ਖੁੱਲ੍ਹ ਜਾਵੇ, ਅਤੇ ਜਿਵੇਂ ਉਸ ਦੇ ਉੱਤੇ ਕਿਰਪਾ ਹੋਈ ਹੈ ਉਵੇਂ ਹੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਸਾਰੇ ਜਗਤ ਦੇ ਉੱਤੇ ਹੋਵੇ।